ਸਾਡਾ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਇਆ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ, ਪੂਰਾ ਸਤਿਕਾਰ ਕਰਦੇ ਸੀ। ਇਹੋ ਹੀ ਸਾਡੇ ਗੁਰੂ ਨੇ ਸਿਖਾਇਆ, ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸ਼ੁਰੂ ਤੋਂ ਹੀ ਕਰਦੇ ਸੀ, ਕਰਦੇ ਆਏ ਹਾਂ। ਜੀ ਕਿੰਨੇ ਬੱਚੇ ਹੋਣੇ? 3 ਬੱਚੇ। ਇੱਕ ਬੇਟੀ ਹੈ, 2 ਬੇਟੇ ਆ। ਬੇਟੀ ਵੱਡੀ ਹੈ। ਮੇਰਾ ਨਾਮ ਜਸਪਾਲ ਸਿੰਘ ਔਰ ਸਾਧੂ। ਮਾਮਲਾ, ਅਸੀਂ ਮਾਨਵਤਾ ਭਲਾਈ ਦੇ ਕੰਮ ਕਰਦੇ ਹਾਂ। ਕਿਸੇ ਦੇ ਮਕਾਨ ਬਣਾ ਕੇ ਦਿੰਦੇ ਹਾਂ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਾ ਕੇ ਦਿੰਦੇ ਹਾਂ, ਬਿਮਾਰਾਂ ਦਾ ਇਲਾਜ ਕਰਾਉਂਦੇ ਹਾਂ। ਡੇਰਾ ਪ੍ਰੇਮੀ ਹਾਂ ਅਸੀਂ। ਕੀ ਲੱਗਦਾ ਕਿ ਜਿਹੜੇ ਆਪਣੇ ਬੇਟੇ, ਤੁਹਾਡੇ ਬੇਟੇ ਦੀ ਡੈਥ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ, ਉਹਨਾਂ ਦੇ ਵਿੱਚ ਉਹਨਾਂ ਦਾ ਮਾਸ ਵੀ ਇਨਵੋਲਵ ਸੀਗਾ, ਕੀ ਲੱਗਦਾ ਉਸ ਕਰਕੇ ਤਾਂ ਨਹੀਂ ਇਹ ਜਿਹੜੀ? ਗੁਰੂ ਗ੍ਰੰਥ ਸਾਹਿਬ ਦੀ ਤਾਂ ਅਸੀਂ ਕਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਮੇਰੇ 5 ਬੇਟੀਆਂ ਬੱਚਿਆਂ ਦਾ ਵਿਆਹ ਹੋਇਆ, 5 ਦੇ ਆਨੰਦ ਕਾਰਜ ਹੋਇਆ। ਘਟਨਾ ਬਸ 7 ਬੂਹਾ ਖੋਲ੍ਹੀ ਜਾਂਦੇ ਸੀ, ਉੱਧਰੋਂ ਮੈਂ ਸੈਰ ਕਰਕੇ ਆ ਰਿਹਾ ਸੀ, ਆਉਂਦੇ ਨੂੰ ਮੇਰੇ ਭਾਣਾ ਬੀਤ ਗਿਆ। ਸਵੇਰ ਦੀ ਗੱਲ ਆ ਜੀ? ਸਵੇਰੇ 7:15 ਵਜੇ ਦੀ। ਠੀਕ ਹੈ ਜੀ। ਤੇ ਜਿਹੜੇ ਕਾਤਲ ਸੀਗੇ, ਕਾਤਲਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ? ਹਜੇ ਤਾਂ ਕੋਈ ਫਰਾਰ ਆ ਜੀ, ਇੱਕ ਦਾ ਮੋਟਰਸਾਈਕਲ ਖੜਾ ਉੱਥੇ। ਕਿੰਨੇ ਜਾਣੇ ਸੀ ਲੱਗਦੇ? 6 ਜਣੇ ਆ। ਤੇ ਇਹ ਬੱਚੇ ਦੀ ਉਮਰ ਕਿੰਨੀ ਸੀ ਆਪਣੇ? ਉਮਰ 37 ਸਾਲ ਦਾ। ਬੱਚੇ ਹੈਗੇ ਸੀ ਇਹਨਾਂ ਦੇ? ਬੱਚੇ ਇੱਕ ਗੁੜੀਆ, 2 ਲੜਕੇ ਆ। ਕਿੰਨੀ ਕਿੰਨੀ ਉਮਰ? ਕੁੜੀ ਤਾਂ ਹੁਣ 18 ਸਾਲਾਂ ਦੀ ਹੋਈ ਹੈ, ਮੁੰਡਾ 15 ਸਾਲਾਂ ਦਾ, ਇੱਕ 10-12 ਸਾਲਾਂ ਦਾ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ? ਮੰਗ, ਜਿਹੜੇ ਗਲਤ ਬੰਦੇ ਫੜੇ ਜਾਣ। ਸਾਡਾ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਇਆ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ, ਪੂਰਾ ਸਤਿਕਾਰ ਕਰਦੇ ਸੀ। ਇਹੋ ਹੀ ਸਾਡੇ ਗੁਰੂ ਨੇ ਸਿਖਾਇਆ, ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸ਼ੁਰੂ ਤੋਂ ਹੀ ਕਰਦੇ ਸੀ, ਕਰਦੇ ਆਏ ਹਾਂ। ਜੀ ਕਿੰਨੇ ਬੱਚੇ ਹੋਣੇ? 3 ਬੱਚੇ। ਇੱਕ ਬੇਟੀ ਹੈ, 2 ਬੇਟੇ ਆ। ਬੇਟੀ ਵੱਡੀ ਹੈ। ਮੇਰਾ ਨਾਮ ਜਸਪਾਲ ਸਿੰਘ ਔਰ ਸਾਧੂ। ਮਾਮਲਾ, ਅਸੀਂ ਮਾਨਵਤਾ ਭਲਾਈ ਦੇ ਕੰਮ ਕਰਦੇ ਹਾਂ। ਕਿਸੇ ਦੇ ਮਕਾਨ ਬਣਾ ਕੇ ਦਿੰਦੇ ਹਾਂ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਾ ਕੇ ਦਿੰਦੇ ਹਾਂ, ਬਿਮਾਰਾਂ ਦਾ ਇਲਾਜ ਕਰਾਉਂਦੇ ਹਾਂ। ਡੇਰਾ ਪ੍ਰੇਮੀ ਹਾਂ ਅਸੀਂ। ਕੀ ਲੱਗਦਾ ਕਿ ਜਿਹੜੇ ਆਪਣੇ ਬੇਟੇ, ਤੁਹਾਡੇ ਬੇਟੇ ਦੀ ਡੈਥ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ, ਉਹਨਾਂ ਦੇ ਵਿੱਚ ਉਹਨਾਂ ਦਾ ਮਾਸ ਵੀ ਇਨਵੋਲਵ ਸੀਗਾ, ਕੀ ਲੱਗਦਾ ਉਸ ਕਰਕੇ ਤਾਂ ਨਹੀਂ ਇਹ ਜਿਹੜੀ? ਗੁਰੂ ਗ੍ਰੰਥ ਸਾਹਿਬ ਦੀ ਤਾਂ ਅਸੀਂ ਕਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਮੇਰੇ 5 ਬੇਟੀਆਂ ਬੱਚਿਆਂ ਦਾ ਵਿਆਹ ਹੋਇਆ, 5 ਦੇ ਆਨੰਦ ਕਾਰਜ ਹੋਇਆ। ਘਟਨਾ ਬਸ 7 ਬੂਹਾ ਖੋਲ੍ਹੀ ਜਾਂਦੇ ਸੀ, ਉੱਧਰੋਂ ਮੈਂ ਸੈਰ ਕਰਕੇ ਆ ਰਿਹਾ ਸੀ, ਆਉਂਦੇ ਨੂੰ ਮੇਰੇ ਭਾਣਾ ਬੀਤ ਗਿਆ। ਸਵੇਰ ਦੀ ਗੱਲ ਆ ਜੀ? ਸਵੇਰੇ 7:15 ਵਜੇ ਦੀ। ਠੀਕ ਹੈ ਜੀ। ਤੇ ਜਿਹੜੇ ਕਾਤਲ ਸੀਗੇ, ਕਾਤਲਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ? ਹਜੇ ਤਾਂ ਕੋਈ ਫਰਾਰ ਆ ਜੀ, ਇੱਕ ਦਾ ਮੋਟਰਸਾਈਕਲ ਖੜਾ ਉੱਥੇ। ਕਿੰਨੇ ਜਾਣੇ ਸੀ ਲੱਗਦੇ? 6 ਜਣੇ ਆ। ਤੇ ਇਹ ਬੱਚੇ ਦੀ ਉਮਰ ਕਿੰਨੀ ਸੀ ਆਪਣੇ? ਉਮਰ 37 ਸਾਲ ਦਾ। ਬੱਚੇ ਹੈਗੇ ਸੀ ਇਹਨਾਂ ਦੇ? ਬੱਚੇ ਇੱਕ ਗੁੜੀਆ, 2 ਲੜਕੇ ਆ। ਕਿੰਨੀ ਕਿੰਨੀ ਉਮਰ? ਕੁੜੀ ਤਾਂ ਹੁਣ 18 ਸਾਲਾਂ ਦੀ ਹੋਈ ਹੈ, ਮੁੰਡਾ 15 ਸਾਲਾਂ ਦਾ, ਇੱਕ 10-12 ਸਾਲਾਂ ਦਾ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ? ਮੰਗ, ਜਿਹੜੇ ਗਲਤ ਬੰਦੇ ਫੜੇ ਜਾਣ।